हाँ जी मुंडे हो कहिंदे अज हो गया अगला व्लॉग शुरू। जाना किधर रही है? इधर रही। अज असीं चलने आ हरिद्वार, हरिद्वार नूं चले आ। देखो ट्रेन तां ही लंघाती आ, टाइम कहिंदे सानूं तैयार होण नूं थोड़ा ही लगदा, तुहानूं पता ही आ 11-12 बजे अज माहौल बाकी देखते जाके की बनता, करते गल अगे जाके। Hold me close till I get up. Time is barely on our side. I don't wanna waste what's left. The storms we chase are leading us, and love is all we'll ever trust. Yeah, no, I don't wanna waste what's left. And on we'll go. Get up. Time is barely on our side. Chase are leading us, and love is all we'll ever trust. Yeah, no, I don't wanna waste what's left. And on we'll. हाँ जी, मुंडो कहने उतर गए आड़ो जो, और चले हैं, और कैसे चले हैं पास? और अभी चले हैं मानसा देवी। और मुड़ी मार क्या? अजय भी कह रहे हैं जी मसाज करा दो मेरी। ਇਹਨੂੰ ਕਿਆ ਪੁੱਠਾ ਪੈ ਪੋਸ ਵਾਲਿਆਂ ਤੋਂ ਕਰਾਉਂਦੇ ਆ ਮਸਾਜ, ਮਸਾਜ ਕਰਾਵਾਂਗੇ ਅਸੀਂ ਵਧੀਆ ਵਾਲੀ, ਨਾਲੇ ਕਰਾਂਗੇ ਗੱਲਬਾਤ ਅੱਗੇ ਜਾ ਕੇ। ਚੱਲ ਦਿਖਾਉਣੇ ਤੁਹਾਨੂੰ ਅੱਗੇ ਮਾਹੌਲ ਚੱਲ ਕੀ ਬਣਦਾ, ਕਰਦੇ ਗੱਲ ਜਾ ਕੇ। ਹਾਂਜੀ ਮੁੰਡਿਓ, ਅੱਜ ਇੱਧਰ ਦੇ ਟੂਨੇ ਲਾਉਣੀਆਂ ਆਪਾਂ। ਗੱਲਬਾਤ ਕਹਿੰਦੇ ਦੇਖੋ ਜੀ ਸ਼ੀਸ਼ਾ ਕਹਿੰਦੀ ਆ ਤੱਕ ਜਾਂਦੀਆਂ ਜੀ। ਕਹਿੰਦੇ ਮੁੰਡੇ ਕਹਿੰਦੇ ਹੁਣ ਚੱਲੇ ਆ ਮਾਨਸਾ ਦੇਵੀ ਵੱਲ ਨੂੰ, ਜਾਵਾਂਗੇ ਅਸੀਂ ਟਿੰਬਰ ਟ੍ਰੇਨ। ਮਾਨਸਾ ਦੇਵੀ ਆ। ਹਾਂਜੀ ਮੁੰਡੇ ਹੁਣ ਚੱਲੇ ਆ ਅਸੀਂ ਮਾਨਸਾ ਦੇਵੀ ਵੱਲ ਨੂੰ, ਤੇ ਟਿੰਬਰ ਟ੍ਰੇਨ 'ਚ ਜਾਵਾਂਗੇ, ਪਹਾੜੀਆਂ ਵਾਲੀ ਟਿੰਬਰ ਟ੍ਰੇਨ ਲੱਗ ਕੇ ਲਹਿਰ ਕੱਢਾਂਗੇ ਉੱਚ ਵੀ ਪੂਰੀ, ਆਉਂਦੇ ਹੋਏ ਆਵਾਂਗੇ ਦੇਖਦੇ ਤੁਰ ਕੇ ਟਿੰਬਰ ਟ੍ਰੇਨ 'ਚ ਹੋਣਾ। ਬਾਕੀ ਮਾਹੌਲ ਪੂਰਾ ਹੀ ਇਸ ਗੱਲਬਾਤ ਆ, ਤੇ ਬਾਕੀ ਗੱਲਬਾਤ ਐਸਾ ਤੇ ਕੱਪੜੇ ਪੈਸਾ ਲੋਕ ਦੇਖਦੇ ਬਹੁਤ ਪਏ ਆ, ਦੇਖਣ ਲੱਗ ਗਏ ਉਹਨਾਂ ਨੇ।
ਤੇ ਕਰਦੇ ਗੱਲ ਤੁਹਾਡੇ ਨਾਲ ਅੱਗੇ ਜਾ ਕੇ ਤੇ ਵਿਊ ਦਿਖਾਉਂਦੇ ਤੁਹਾਨੂੰ ਅੱਗੇ ਟਿੰਬਰ ਟ੍ਰੇਨ ਦਾ ਵਿਊ ਵੀ ਦਿਖਾਵਾਂਗੇ ਪੂਰੀ ਗੱਲਬਾਤ ਕਰਾਵਾਂਗੇ ਜੇ ਤਾਂ ਤੁਹਾਨੂੰ ਪਤਾ ਹੀ ਆ ਧਾਗਾ ਆਪਾਂ ਪੂਰੀ ਪਾਈ ਦੀ ਆ ਠੀਕ ਹੈ ਜੀ ਓਕੇ ਹਾਂਜੀ ਕਹਿੰਦੇ ਆ ਗਏ ਮੁੰਡੇ ਕਹਿੰਦੇ ਸ਼ੀਸ਼ਿਆਂ ਵਾਲੀ ਦੁਕਾਨ ਤੇ ਰਾਜ ਦਿਖੀ ਤੁਹਾਨੂੰ ਇਹ ਦੇਖੋ ਜੀ ਸ਼ੀਸ਼ੇ ਸੀਪੀਓ ਵਾਲੇ ਸ਼ੀਸ਼ੇ ਸੀਪੀਓ ਵਾਲੇ ਸ਼ੀਸ਼ੇ ਇਹ ਦੇਖੋ ਬਾਈ ਇਹ ਦੇਖੋ ਕਿਤਨੇ ਅੱਛੇ ਸ਼ੀਸ਼ੇ ਅਬੇ ਵਧੀਆ ਦੇਖੋ ਤਾਂ ਆਗੇ ਸ਼ੀਸ਼ੇ ਕਿਤਨੇ ਅੱਛੇ ਹੈ ਜੀ ਇਹ ਦੇਖੋ ਇਹ ਸੀਪੀਓ ਵਾਲੇ ਸ਼ੀਸ਼ੇ ਹੈ ਸ਼ੰਕ ਵੀ ਹੈ ਸ਼ੀਸ਼ੇ ਦੇਖੋ ਕਿਤਨੇ ਅੱਛੇ अच्छे दूर से भी लेंगे देखो बाकी इधर ना माल तो इन्हें तो कौन मिल ही जाता है अमौलियां शुरू हो गई यात्रा टिंबर ट्रेन तक दी ਤੁਰੇ ਜਾਂਦੇ ਕਹਿੰਦੇ ਹੁਣ ਬਾਜ਼ਾਰ 'ਚ ਮੁੰਡੇ ਹਾਂ ਕੋਈ ਕਰਾ ਗੱਲਬਾਤ ਪੂਰਾ ਮਾਹੌਲ ਵੀ ਐਸਾ ਦਿਖਾਉਂਦੇ ਤੁਹਾਨੂੰ ਬੈਕ ਕੈਮਰਾ ਲਾ ਕੇ ਗੱਡੀਆਂ ਬਹੁਤ ਛੋਟੀਆਂ ਨੀਵੀਆਂ ਨੀਵੀਆਂ ਦੁਕਾਨਾਂ ਟਿਕਟਾਂ ਲੈਣ ਗਏ ਟਿੰਬਰ ਟ੍ਰੇਨ ਦੀਆਂ ਬਾਕੀ ਮਾਹੌਲ ਪੂਰਾ ਹੀ ਐਸਾ ਆਹ ਵੇਖੋ ਜੀ ਇਹਦਾ ਮੂੰਹ ਦੇਖੋ ਪੂਰੀ ਗੱਲਬਾਤ ਐਸਾ ਬਾਕੀ ਟਿੰਬਰ ਟ੍ਰੇਨ ਦੇ ਲਾਗੇ ਜਾ ਕੇ ਤੁਹਾਨੂੰ ਕਰਦੇ ਆ ਗੱਲਬਾਤ ਸੇਲ ਲਾਵੇ 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 ਗੱਲਬਾਤ ਆ ਕਹਿੰਦੇ ਕਰਦੇ ਗੱਲ ਤੁਹਾਡੇ ਨਾਲ ਗਾਂਹ ਜਾ ਕੇ ਟਿਕਟਾਂ ਦੇ ਦੀਆਂ ਹਾਈਟ ਹੈਪੀ ਰਾਜ ਜੈ ਮਾਤਾ ਦੀ ਬਾਕੀ ਤੁਹਾਡੇ ਨਾਲ ਇੱਥੇ ਚੈਕਿੰਗ ਹੁੰਦੀ ਆ ਮਸ਼ੀਨਾਂ ਲੱਗੀਆਂ ਫਿਰ ਐਂਟਰੀ ਮਿਲਦੀ ਆ ਅੰਦਰ ਚੈਕਿੰਗ ਜੋ ਵੀ ਇੱਥੇ ਹੁੰਦੀ ਆ ਚੱਲੇ ਕਹਿੰਦੇ ਮੁੰਡੇ ਉੱਚੇ ਰਮੇ ਆ ਗਏ ਕਹਿੰਦੇ ਮੋਢਿਆਂ ਦੇ ਛਿਆੜ ਕੇ ਦੋ ਦੋ ਜਾਣੇ ਬਹਿੰਦੇ ਆ ਦੇਖੋ ਜੀ ਬਾਕੀ ਨਹੀਂ ਉਹਨਾਂ ਦੀ ਸਜਾਵਟ ਦੇਖੋ ਕਰੋ ਚੈੱਕ ਜੀ ਲਓ ਜੀ ਇੱਦਾਂ ਚਾਰ ਚਾਰ ਜਾਣੇ ਜਾਂ ਤਿੰਨ ਤਿੰਨ ਜਾਣੇ ਬਣਾ ਕੇ ਭੇਜਦੇ ਆ ਤੁਰ ਪਿਆ ਤੁਰ ਪਿਆ ਤੁਰ ਪਿਆ ਤੁਰ ਪਿਆ ਤੁਰ ਪਿਆ
ਐਸ ਗੱਲਬਾਤ ਆ ਕਹਿੰਦੇ ਜੀ ਪੂਰੀ ਐਸ ਦੇਖੋ ਜੀ ਵੀ ਉਹ ਦੇਖੋ ਚੈੱਕ ਕਰੋ ਜੀ ਮਾਹੌਲ ਦੇਖੋ ਜੀ ਗੱਲਬਾਤ ਪੂਰੀ ਐਸ ਬਾਂਦਰ 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 ਮਾਲ ਚੈੱਕ ਕਰੋ ਪੂਰਾ ਹੀ ਐਸਾ ਆਈਏ ਵੀ ਆਪਣੇ ਹਾਲ ਚ ਹੂਲਾ ਲਾ 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 ਹੂਲਾ ਲਾ 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 ਹੈ ਲੈਣਾ ਤੋ ਬੇੜਾ ਗਾਉਂ ਸਾਡੇ ਕੋਲ ਚੈੱਕ ਕਰੋ ਜੀ ਮਾਹੌਲ ਪੂਰਾ ਯੈਸ ਆ ਲੈ ਆ ਵੀ ਲੈ ਕਿੰਨਾ ਵਧੀਆ ਹੋ ਬਾਕੀ ਉਹ ਦੇਖੋ ਜੀ ਆ ਗਿਆ ਉੱਤੇ ਮੰਦਰ ਲਾਗੇ ਉਹ ਤਾਂ 15 ਮਿੰਟ ਦਾ ਰਸਤਾ ਜੀ 15 ਮਿੰਟ ਦੇਖੋ ਜੀ ਮੈਂ ਨਾ ਮੁਕੀ ਗਿਆ ਸੀਗਾ 15 ਮਿੰਟ ਕਰ ਕੇ ਨਹੀਂ ਯਾਰ ਆ ਜੀ 5 ਸਕਿੰਟ ਦੂਜੀ ਪਹਾੜੀ ਤੇ ਤੁਰ ਕੇ ਪਾਣੀ ਦੇ ਕਰ ਲੋ ਜੀ ਕਰੋ ਮਾਹੌਲ ਜੀ ਐਸ ਦੇਖੋ ਜੀ ਸ਼ੈਂਪੀ ਦੇ ਭਾਰੀਆਂ ਬਣ ਗਈਆਂ ਸ਼ੈਂਪੀ ਤੇ ਕਹਿੰਦਾ ਕਹਿੰਦਾ ਉਤਰਨਾ ਕਿੱਦਾਂ ਹੋਗਾ ਭਾਰ ਘੜ ਜਾ ਕਹਿੰਦਾ ਕਿੱਦਾਂ ਆ ਟੱਟ ਨੂੰ ਦੇਖ ਲਾ ਦੁਬਾਰਾ ਚੈਕਿੰਗ ਕਰਨੀ ਕਹਿੰਦੇ ਲੈ ਲੈ ਜੀ ਮਾਤਾ ਵਾਸਤੇ ਜੋ ਚੜ੍ਹਦਾ ਮੰਦਰ ਨਾਰੀਅਲ ਇਹ ਹੁਣ ਅੰਦਰ ਚੜੂਗਾ ਕਹਿੰਦੇ ਮੰਦਰ ਦੇ ਅੰਦਰ ਚੜ੍ਹਦਾ ਇਹ ਬਾਕੀ ਇਸ ਗੱਲਬਾਤ ਆ ਬੂਟ ਲਾ ਤੇ ਮੁੰਡਿਆਂ ਨੇ ਚੱਲੇ ਕਹਿੰਦੇ ਹੁਣ ਮੱਥਾ ਟੇਕਾ ਸਾਰੇ ਪਹਿਲੀ ਪੂਜਾ ਕਰੇ ਜਿੰਗ ਕਰਤੇ ਮਾਰ ਮਾਰ ਕੋ ਮਤ ਨੂੰ ਕਰਨਾ ਸਤਿ ਸ਼੍ਰੀ ਅਕਾਲ।
ਉਹ ਸਾਹਮਣੇ ਸ਼ੈਂਪੀ ਬੈਠਾ ਉਹ ਭਰਾਵਾ ਬੰਦ ਆ ਕੈਮਰਾ देखो जी ये भक्त है यहाँ पर प्रसाद चढ़ता है बाबा चढ़ाता है जनों ने ਬਾਕੀ ਕਹਿੰਦੇ ਮੱਥਾ ਟੇਕ ਲਿਆ ਹੁਣ ਅਸੀਂ ਚੱਲੇ ਹਾਂ ਬਾਹਰ ਫੋਟੋ ਸ਼ੂਟ ਕਰ ਰਹੇ ਆ ਸਾਰੇ ਬੰਨੇ ਸਾਡਾ ਫੋਨ ਕਹਿੰਦੇ ਬਾਹਰ ਨਿਕਲ ਅਸੀਂ ਨਹੀਂ ਕਰਦੇ ਤੁਹਾਨੂੰ ਪਤਾ ਆ ਜਿੱਥੇ ਜਿਹੜਾ ਚੱਲਦੀ ਉੱਥੇ ਵੀ ਚਲਾ ਹੀ ਦਿੰਦੇ ਆ ਧੱਕਾ ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ ਪਹੁੰਚ ਗਏ ਵਾਪਸ ਉਸੇ ਦੁਕਾਨ ਤੇ ਹੁਣ ਪਾਵਾਂਗੇ ਬੂਟ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਦੁਬਾਰਾ ਵੀ ਉਹ ਹੋਰ ਤਰ੍ਹਾਂ ਕਰ ਦੇਗਾ ਹਾਂਜੀ ਕਹਿੰਦੇ ਚੱਲੇ ਆ ਵਾਪਸ ਮੁੰਡੇ ਹੁਣ ਦੁਬਾਰਾ ਚੈਕਿੰਗ ਹੋਊਗੀ ਚੈਕਿੰਗ ਹੋਊਗੀ ਹੁਣ ਦੁਬਾਰਾ ਖਾਲੀ ਆ ਦਿਖਾ ਦਿਓ ਨਾ ਖਾਲੀ ਬੈਗ ਚੈਕਿੰਗ ਹੋਣ ਦੀ ਆ ਕਹਿੰਦੇ ਬਾਕੀ ਕਰ ਦੇਣਗੇ ਮੇਰੇ ਪੈਸੇ ਕੱਢ ਲੈ ਮੇਰੇ ਪੈਸੇ ਕੱਢ ਲੈ ਉਹ ਪਾਓ ਗੀਰ ਉਡਮਾ ਪੂਰ ਬਾਈ ਪੂਰ ਤੁਰਦੇ ਨੀ ਜੀ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਆਹ ਦੇਖੋ ਜੀ ਆਇਆ ਸ਼ੈਂਪੀ ਆਇਆ ਸ਼ੈਂਪੀ ਸ਼ੈਂਪੀ ਆ ਗਿਆ ਕਹਿੰਦੇ ਸ਼ੈਂਪੀ ਸ਼ੈਂਪੀ ਆ ਗਿਆ ਕਹਿੰਦੇ ਡੋਸਾ ਖਾਣਾ ਮੁੰਡਾ ਕਹਿੰਦਾ ਜੀ ਡੋਸਾ ਆਹੋ ਮੈਂ ਕਹਿੰਦਾ ਅਗਲੀ ਪਹਾੜੀ ਤੋਂ ਖਾਣੇ ਜਾ ਕੇ ਭੁੱਖ ਲੱਗੀ ਆ ਕਹਿੰਦੇ ਰੋਟੀ ਖਾ ਕੇ ਬੜੇ ਚਾਰ ਪੰਜ ਟੀਕੇ ਲੱਗ ਗਏ ਸਾਡੇ ਮਾਪੇ ਦੇ ਚਾਰ ਪੰਜ ਟੀਕੇ ਲਗਾ ਬਾਕੀ ਦੂਰੀ ਵਧੀਆ ਆ ਮੰਦਰ ਜਦੋਂ ਕਦੇ ਆਇਓ ਇੱਥੇ ਮੰਦਰ ਜ਼ਰੂਰ ਆਇਓ ਵਧੀਆ ਆ ਬਹੁਤ ਵਧੀਆ ਵਿਊ ਆ ਇੱਥੇ ਸਭ ਤੋਂ ਬੜੇ ਲੋਕ ਬੜੇ ਸ਼ਰਧਾ ਨਾਲ ਇੱਥੇ ਜ਼ਰੂਰ ਆਉਣਾ ਚਾਹੀਦਾ ਮੰਦਰ ਤੁਹਾਨੂੰ ਸਾਰੇ ਬਾਕੀ ਕਰਦੇ ਗੱਲ ਤੁਹਾਡੇ ਨਾਲ ਅੱਗੇ ਜਾ ਕੇ ਦਿਖਾਉਂਦੇ ਤੁਹਾਨੂੰ ਅੱਗੇ ਘੁੰਮਣ ਜਾ ਕੇ ਹਾਂਜੀ ਮੁੰਡੇ ਚੱਲੇ ਹਾਂ ਕਹਿੰਦੇ ਵਾਪਸ ਅਤੇ ਪਹਿਲਾਂ ਤੁਹਾਨੂੰ ਵਿਊ ਸਾਰਾ ਦਿਖਾਇਆ ਪਿਆ ਹੁਣ ਅੱਗੇ ਵੀ ਦਿਖਾਵਾਂਗੇ ਅਗਲੇ ਜਾਣਾ ਜਦੋਂ ਮੰਦਰ ਹੁਣ ਥੱਲੇ ਜਾ ਕੇ ਉਹਦਾ ਵੀ ਵਿਊ ਦਿਖਾਵਾਂਗੇ ਬਾਕੀ ਗੱਲਬਾਤ ਐਸਾ ਥੱਲੇ ਪਹੁੰਚ ਕੇ ਕਰਦੇ ਤੁਹਾਡੇ ਨਾਲ ਗੱਲਬਾਤ ਕਈ ਬੜੇ ਵੱਡੇ ਵੱਡੇ ਲਾਤੇ ਉਹਨਾਂ ਨੇ ਹਾਲੇ ਮੱਥਾ ਹੀ ਦਿਖਾ ਦੇ ਮੱਥਾ ਹੀ ਭਾਵਨਾ ਮੱਥਾ ਬਾਕੀ ਗੱਲਬਾਤ ਪੂਰੀ ਯੈਸ ਹੋਈ ਪਈ ਆ ਕਹਿੰਦੇ ਯੈਸ ਮੁੰਡੇ
ਮੁੰਡੇ ਉਹ ਖਾਣ ਲੱਗੇ ਡੋਸਾ ਮੰਗਣੇ ਹੁਣੀ ਮੈਂ ਖਾਣ ਲੱਗਾ ਖਾਓ ਵੀ ਡੋਸਾ ਆ ਗਿਆ ਜੀ ਡੋਸਾ ਅੱਛਾ ਐਮਪੀ ਦਾ ਮੂੰਹ ਦੇਖੋ ਜੀ ਹੁਣ ਝੂਠੀ ਵਰਗਾ ਹੋਇਆ ਪਿਆ ਕਹਿੰਦੇ ਭਾਰ ਭਰਨਾ ਔਖਾ ਹੋ ਗਿਆ ਤੁਰਨਾ ਤੁਰਨਾ ਔਖਾ ਹੋਇਆ ਪਿਆ ਕਹਿੰਦੇ ਮੁੰਡੇ ਨੂੰ ਇਸ ਗੱਲ ਬਾਤ ਆ ਬਾਕੀ ਕਰਦੇ ਧੜ ਮੈਂ ਗੱਲ ਖਾ ਕੇ ਹਾਂਜੀ ਮੁੰਡੇ ਉਹ ਕਹਿੰਦੇ ਜਾਣੇ ਪਏ ਹੁਣ ਘਰ ਨੂੰ ਤੁਰ ਕੇ ਚਾਹ ਪੀ ਕੇ ਫੇਰ ਜਾਵਾਂਗੇ ਬਾਜ਼ਾਰ ਵੱਲ ਨੂੰ ਘੁੰਮਣ ਫਿਰਨ ਲਹਿਰ ਕੱਢਾਂਗੇ ਬਾਕੀ ਕਰਦੇ ਕੀ ਆ ਬਾਕੀ ਮਾਹੌਲ ਬਣਾਵਾਂਗੇ ਗਾਂਹ ਜਾ ਕੇ ਤੁਹਾਨੂੰ ਪਤਾ ਹੀ ਆ ਬਲੌਗਾਂ 'ਚ ਤੁਸੀਂ ਦੇਖਿਆ ਹੀ ਆ ਪਹਿਲਾਂ ਜੇ ਵੀ ਰਾਤ ਨੂੰ ਸਾਡੇ ਹਿੱਲ ਪਈ ਜਾਂਦੀ ਆ ਰਾਤ ਨੂੰ ਹਿੱਲ ਪਈ ਹੁੰਦੀ ਸਾਡੇ ਬਾਕੀ ਰਾਤ ਨੂੰ ਦਿਖਾਵਾਂਗੇ ਰਾਤ ਨੂੰ ਕਰਾਂਗੇ ਗੱਲ ਤੁਹਾਡੇ ਨਾਲ ਬਸ ਹੁਣ ਚਾਹ ਪੀ ਕੇ ਅਸੀਂ ਨਿਕਲ ਜਾਣਾ ਆ ਕਰਦੇ ਗੱਲ ਬਾਕੀ ਘਰੇ ਪਹੁੰਚ ਕੇ ਓ ਬਾਹਰ ਚਾਹ ਪੀ ਗਏ ਹਾਂਜੀ ਮੁੰਡੇ ਕਹਿੰਦੇ ਚੱਲੇ ਆ ਮੁੰਡੇ ਜੈਕਟਾਂ ਪਾ ਕੇ ਕੁੱਟੀਆਂ ਪਾ ਕੇ ਠੰਡ ਬੜੀ ਏ ਕਹਿੰਦਾ ਗੇੜੀ ਕੱਢਣ ਚੱਲੇ ਆ ਰਾਤ ਨੂੰ ਹੀ ਹੁੰਦੀ ਆ ਠੰਡ ਰਾਤ ਦੀ ਗੇੜੀ ਛੱਡਿਆ ਜੀ ਰਾਤ ਦੀ ਗੇੜੀ ਕੱਢ ਕੇ ਆਵਾਂਗੇ ਤੱਕ ਪਾ ਕੇ ਆਵਾਂਗੇ ਪੂਰੀ ਗੱਲਬਾਤ ਯੈਸ ਕਰਾ ਕੇ ਆਵਾਂਗੇ ਤੁਹਾਨੂੰ ਪਤਾ ਹੀ ਆ ਤੁਸੀਂ ਦੇਖਦੇ ਹੀ ਆ ਵਲੌਗਾਂ ਜੀ ਅੱਧੇ ਬੰਦੇ ਤਾਂ ਉੱਥੇ ਲੰਮੇ ਪੈ ਪੈ ਕੇ ਹੁੰਦੇ ਆ ਮੁੜ ਕੇ ਜੀ ਹਾਂਜੀ ਹੱਲੇ ਹੱਲੇ ਆਉਂਦੇ ਇੱਕ ਮੋਹਰੇ ਤੁਰਿਆ ਇੱਕ ਮੋਹਰੇ ਜਿਹੜਾ ਸਭ ਤੋਂ ਪਹਿਲਾਂ ਭੱਜਿਆ ਜਾਂਦਾ ਆ ਉਹਨੇ ਮੁੜ ਕੇ ਸਭ ਤੋਂ ਪਿੱਛੇ ਹੁਣ ਉਹ ਦੇਖ ਲਓ ਜੀ ਬਿੰਗਾਂ ਲੱਤਾਂ ਇੱਕ ਤਾਂ ਪਹਿਲੇ ਵੀ ਬਾਈ ਸ਼ੈਪੀ ਬਾਕੀ ਗੱਲ ਤਾਂ ਇੰਨਾ ਗਾਂ ਜਾ ਕੇ ਕਰਦੇ ਆ ਹਾਂਜੀ ਮਹਾਰਾਜ ਜੀ ਪਹੁੰਚ ਗਏ ਆ ਦੁਕਾਨ ਤੇ ਹੁਣ ਲੱਗੇ ਅਸੀਂ ਖਾਣ ਚੋਮਿਨ ਤੇ ਮੋਮੋਸ ਦੇਖੋ ਕੀ ਮਾਹੌਲ ਆ ਅੱਜ ਕੋਈ ਖਾਸ ਮਾਹੌਲ ਹੈ ਨਹੀਂ ਤੁਹਾਨੂੰ ਰਾਤ ਨੂੰ ਦਿਖਾਉਣ ਲਈ ਉਹੀ ਆ ਬਾਜ਼ਾਰ ਤੁਸੀਂ ਵੀ ਕਹਿਣਾ ਉਹੀ ਵਾਰ ਵਾਰ ਦਿਖਾਈ ਜਾਂਦੇ ਤਾਂ ਕਰਕੇ ਅਸੀਂ ਕੁਛ ਦਿਖਾਇਆ ਨਹੀਂ ਅੱਜ ਤੁਹਾਨੂੰ ਬਾਕੀ ਅੱਜ ਦਾ ਵਲੌਗ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਇੱਥੇ ਹੀ ਐਂਡ ਨਹੀਂ ਕਰਦਾਂਗੇ ਅੱਜ ਦੇ ਵਲੌਗ ਦੀ ਜੇ ਕੋਈ ਲਹਿਰ ਹੋਈ ਤਾਂ ਕਰਦਾਂਗੇ ਐਡ ਅੱਗੇ ਠੀਕ ਆ ਜੀ ਕਰਦੇ ਗੱਲ ਬਾਕੀ ਅਗਲੇ ਵਲੌਗ 'ਚ